सरकार मुर्दाबाद किसानों खिलाफ काले कानून लियाउण वाली मोदी सरकार हाय 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 मोदी सरकार हाय 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 जिहड़ा किसानों नाल खिया उहदा कख नहीं लिया जिहड़ा किसानों नाल खिया उहदा कख नहीं लिया जिहड़ा किसानों नाल खिया उहदा कख नहीं लिया मोदी कुत्ता हाय 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 अजीत वैब टीवी देख रहे दर्शकों का स्वागत। दोस्तों मैं हाँ गुरशरणजीत सिंह पुरेवाल। जिवें कि सारे तुसी जानते हो कि केंद्र सरकार वालों किसान विरोधी ते आर्डिनेंस जिहड़े पास किए गए हैं, इस दे पास करन नूं लैके किसानां विच आड़तियां विच खेत मजदूरां विच बहुत वड्डा जिहड़ा रोस प्रदर्शन पाया जा रहा। इस दे संबंध में कलानुर भी अज वख-वख जथेबंदियां दे नुमाइंदे जिहड़े ने ओह इस रोस प्रदर्शन विच आए हुए हन। जिहड़ी 25 तरीक दी जिहड़ी इक पंजाब बंद की जी एक ऐलान किया उसनों लैके कोई रूपरेखा तैयार की गया। आओ असी साढ़े नाल इस वेले किसान जथेबंदियां दे नुमाइंदे हाजिर हैं, असं उन्होंने जानते हैं कि सर जिहड़ा कानून है ये की कानून है तो की कुछ नुकसान जिहड़ा किसानां मजदूरां आड़तियां ते जिहड़ा आ रहा। ये कानून ऐसा कानून है जिहदे नाल सारी किसानी जदों पंजाब सारा खेती प्रधान सूबा इत्थों दा सारा कारोबार ही खेती ते है, कोई इंडस्ट्री नहीं कोई होर कारोबार ही नहीं, तो जदों किसानी खत्म होनी है तो नाल ही सारे जो मझ मर जानी जूआ नाल ही मर जानी है। ये नाल ही दुकानदार नाल ही व्यापारी नाल ही सारे जिहड़े छोटे मजदूर ने जिन्हें मजदूर ने सारे किसानी से निर्भर ने, तो जो किसानी के पले कख नहीं रहना तो उन्होंने पले भी कख नहीं रहना, यह सारा कुछ खत्म हो जाना। ये तो किसानी का घाण कर देन लगा ये जिहड़ा मोदी आ, ये लोगों नूं स्वामीनाथन कमीशन लागू करन दीआं रिपोर्टां रिपोर्ट नूं लागू करन लई कह के तो सत्ता ते आया सी, किसानां ने वोटां इस करके पाईआं सन। अज इन्हें किसानां नाल ओह दगा कीता ਵੀ ਇਹ ਤਾਂ ਅੰਗਰੇਜ਼ਾਂ ਨੂੰ ਵੀ ਮਾਤ ਪਾਤੀ ਆ, ਅੰਗਰੇਜ਼ਾਂ ਤੋਂ ਲੋਕ ਅੱਜ ਕਹਿਣ ਡੇ ਪਏ ਪੇਂਦੋ ਅੰਗਰੇਜ਼ ਚੰਗੇ ਸਨ ਇਸ ਰਾਜ ਨਾਲ, ਜਿਹਨੇ ਕਿਸਾਨਾਂ ਦਾ ਭੋਗ ਹੀ ਪਾਤਾ, ਉਹਨਾਂ ਕੋਲ ਕਿਸਾਨ ਜ਼ਮੀਨ ਨਾਲ ਜੁੜਿਆ ਹੈ, ਭਾਵੇਂ ਉਹਦੇ ਕੋਲ ਥੋੜ੍ਹੀ ਆ ਅਤੇ ਭਾਵੇਂ ਉਹਦੇ ਕੋਲ ਬਹੁਤੀ ਆ, ਉਹ ਕਿਸਾਨ ਜ਼ਮੀਨ ਨਾਲ ਉਹਦਾ ਇੰਨਾ ਮੋਹ ਆ ਕਿ ਉਹ ਤੋਂ ਬਿਨਾਂ ਬਚ ਨਹੀਂ ਸਕਦਾ, ਅਤੇ ਇਹਨੇ ਕਿਸਾਨ ਕੋਲ ਜ਼ਮੀਨ ਖੋਹਣ ਲਈ ਵੱਡੀਆਂ ਕੰਪਨੀਆਂ ਨੂੰ ਅੰਬਾਨੀ ਅਤੇ ਅਡਾਨੀ ਵਰਗਿਆਂ ਨੂੰ ਸੱਦਾ ਦੇ ਦਿੱਤਾ ਵੀ ਤੁਸੀਂ ਆ ਜਾਓ ਪੰਜਾਬ 'ਚ ਖੇਤੀ ਕਰੋ ਹਰਿਆਣੇ 'ਚ ਖੇਤੀ ਕਰੋ, ਇਹਨਾਂ ਕਿਸਾਨਾਂ ਦੀ ਜ਼ਮੀਨਾਂ ਜਿਹੜੀਆਂ ਖੋਣੀਆਂ ਨੇ ਉਹ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਬਣਾ ਕੇ ਲੋਕਾਂ ਨੂੰ ਜਿਹੜਾ ਵਾ ਭੰਬਲ ਭੂਸੇ 'ਚ ਪਾਤਾ। ਇਹ ਲਾਰੇ ਇਹ ਲਾ ਰਿਹਾ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ, ਪਰ ਹਕੀਕਤ ਇਹ ਆ ਵੀ ਇਹ ਕਿਸਾਨੀ ਕਿੱਤਾ ਮੁਕਾ ਦੇਣਾ ਚਾਹੁੰਦਾ, ਲੋਕਾਂ ਨੂੰ ਉਹ ਆਪਣੇ ਖੇਤਾਂ 'ਚ ਮਜ਼ਦੂਰੀ ਕਰਨ ਵਾਲੇ ਪਾਸੇ ਨੂੰ ਤੋਰ ਰਿਹਾ। ਇੱਕ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਆਪ ਲਾਈਵ ਹੋ ਕੇ ਕਿਹਾ ਜਾ ਰਿਹਾ ਕਿ ਇਹ ਦੇਸ਼ ਦੇ ਹਿੱਤ ਵਾਸਤੇ ਜਾਂ ਕਿਸਾਨੀ ਹਿੱਤ ਵਾਸਤੇ, ਉਹ ਕਿਸ ਐਂਗਲ ਦੇ ਨਾਲ ਕਹਿ ਰਿਹਾ ਕਿ ਜੇ ਕਿਸਾਨੀ ਹਿੱਤ? ਇਹ ਪ੍ਰਧਾਨ ਮੰਤਰੀ ਤਾਂ ਇੰਨਾ ਝੂਠ ਬੋਲਦਾ, ਹਰ ਗੱਲ 'ਤੇ ਝੂਠ ਹੈ ਅਤੇ ਮੁਕਾਬਲੇ ਝੂਠ ਦਾ ਮੁਕਾਬਲਾ ਹੀ ਕੋਈ ਨਹੀਂ। ਇਹ ਤਾਂ ਲੋਕਾਂ ਨੂੰ 15-15 ਲੱਖ ਲਈ ਵਿਆਉਂਦੇ ਮੈਂ ਜੁਮਲਾ, ਲੋਕਾਂ ਨੂੰ ਕਈ ਗੱਲਾਂ ਇਹਨੇ ਝੂਠੀਆਂ ਕਹੀਆਂ ਨੇ, ਅਜੇ ਵੀ ਕਹੀ ਜਾਂਦਾ ਦੇਸ਼ ਨਹੀਂ ਵਿਕਨੇ ਦੂੰਗਾ, ਸਾਰਾ ਕੁਝ ਵੇਚ ਕੇ ਜਾਂਦਾ ਦੇਸ਼ ਨਹੀਂ ਵਿਕਨੇ ਦੂੰਗਾ, ਇਹ ਤਾਂ ਝੂਠ ਬੋਲਦਾ। ਇਹ 'ਤੇ ਇਤਬਾਰ ਕਰਨਾ ਤਾਂ ਮੈਂ ਨਾ ਮੂਰਖਤਾ ਆ, ਇਹਦੀ ਤਾਂ ਗੱਲ 'ਤੇ ਯਕੀਨ ਕਰਨ ਦੀ ਗੱਲ ਸੁਣਨੀ ਵੀ ਜਿਹੜੀ ਆ, ਸਿਰਫ ਇੱਕੋ ਹੀ ਗੱਲ ਦਾ ਇੱਕੋ ਆ ਕਿ ਇਹ ਲੋਕਾਂ ਨੂੰ ਜਿਹੜਾ ਵਾ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਣੇ ਮਗਰ ਲਾ ਰਿਹਾ, ਹੋਰ ਇਹਦੇ ਕੋਈ ਏਜੰਡਾ ਹੀ ਨਹੀਂ, ਹੋਰ ਕੋਈ ਲੋਕਾਂ ਨੂੰ ਦੇਣ ਲਈ ਕੁਛ ਨਹੀਂ, ਝੂਠ ਹੀ ਬੋਲਦਾ, ਹਰ ਗੱਲ 'ਤੇ ਝੂਠ ਬੋਲਦਾ। ਅਤੇ ਜਿਹੜਾ ਕਾਨੂੰਨ ਲਾਗੂ ਕਰ ਰਹੇ ਨੇ ਇਸ ਸੰਬੰਧ ਦੇ ਵਿੱਚ ਕੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਆ? ਅਸੀਂ 25 ਤਰੀਕ ਨੂੰ ਸਾਰੇ ਪੰਜਾਬ ਬੰਦ ਹੈ, ਉਦਣ ਅਸੀਂ ਕਲਾਨੌਰ ਵੀ ਸਾਰਾ ਬੰਦ ਰੱਖਾਂਗੇ, ਸਾਰੇ ਦੁਕਾਨਦਾਰ ਵੀਰਾਂ ਨੂੰ ਸਾਰੇ ਮਜ਼ਦੂਰਾਂ ਨੂੰ ਸਾਰੇ ਕਿਸਾਨਾਂ ਨੂੰ ਬੇਨਤੀ ਕਰਾਂਗੇ ਵੀ ਉਸ ਦਿਨ ਬੰਦ ਕਰਕੇ ਆਪਣੇ ਕਾਰੋਬਾਰ ਦੇ ਮੰਦਰੇ 11 ਵਜੇ ਇਕੱਠੇ ਹੋਣਾ, ਸ਼ਿਵ ਮੰਦਰ ਵਿਖੇ 11 ਵਜੇ ਸਾਰਿਆਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਉੱਥੇ ਇਕੱਠੇ ਹੋਣਾ, ਇਹ ਸਰਕਾਰ ਦਾ ਸਿਆਪਾ ਕਰਨ ਲਈ, ਇਹੀ ਕੋਈ ਸੁੱਖ ਨੂੰ ਨਹੀਂ। ਇਹ ਤਾਂ ਮਰਦਾ ਕੀ ਨਾ ਕਰਦਾ, ਲੋਕਾਂ ਨੇ ਇਹ ਆਜ਼ਾਦੀ ਇਸ ਕਰਕੇ ਨਹੀਂ ਲਈ ਸਾਡੇ ਉਹਨਾਂ ਗਦਰੀ ਬਾਬਿਆਂ ਨੇ, ਉਹਨਾਂ ਮਹਾਨ ਦੇਸ਼ ਭਗਤਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਸਨ, ਜੇ ਸਾਨੂੰ ਇਹੋ ਕੁਛ ਕਰਨਾ ਪੈਣਾ ਸੀ ਇਹਨੂੰ ਤਾਂ ਅੰਗਰੇਜ਼ ਚੰਗੇ ਸਨ। ਜੇ ਉਹ ਭਗਤ ਸਿੰਘ ਦੀ ਗੱਲ ਜਿਹੜੀ ਬਿਲਕੁਲ ਠੀਕ ਹੈ ਵੀ ਗੋਰੇ ਥਾਂ ਕਾਲਾ ਹੋਣ ਵਾਲੀ ਗੱਲ ਜਿਹੜੀ ਹੈ, ਤਾਂ ਸਾਨੂੰ ਹੁਣ ਬਿਲਕੁਲ ਜਿਹੜੇ ਮਾੜੇ ਮੋਟੇ ਪਬਲਿਕ ਸੈਕਟਰ ਸਾਰਾ ਦੇਸ਼ ਦੇ ਜੋ ਅਦਾਰੇ ਆ ਵੇਚ ਦਿੱਤੇ ਨੇ, ਅਤੇ ਇਹ ਲੋਕਾਂ ਨੂੰ ਅਜੇ ਵੀ ਝੂਠ ਬੋਲ ਕੇ ਭਰਮਾ ਰਿਹਾ।
सो देखा तो ये सन किसान जथेबंद नुमाइंदे जिन्हों वालों जो केंद्र सरकार वालों एक किसान विरोधी मजदूर विरोधी आर्डिनेंस जो लागू किया जा रहा उस विरोध के लैके 25 तरीक न जो पंजाब बंद के सदे के कलानौर के इलाके समर्थन करने का पूरा ऐलान किया गया। तो उन्होंने वालों एक जो संघर्ष विढ़िया गया कि आर पार की लड़ाई जी केंद्र सरकार लड़न का जरा एक ऐलान किया गया। तो लोगों को भी चाहिए कि जो ये किसान जो कह रहे हैं कि देश के हित वास्ते कानून नहीं है, ये किसान विरोधी कानून है, मजदूर विरोधी कानून है, तो सारे ही इस सहयोग देना चाहिए। सहयोगी सतवंत सिंह कालो के नाल गुरशरणजीत सिंह पुरेवाल अजीत वैब टीवी कलानौर। किसानां नूं मारन वाली सरकार मुर्दाबाद मुर्दाबाद मुर्दाबाद, मोदी सरकार मुर्दाबाद मुर्दाबाद मुर्दाबाद, केंद्र सरकार हो बर्बाद मोदी सरकार मुर्दाबाद मुर्दाबाद मुर्दाबाद, मोदी जिहड़ा साडे नाल खेड़िया जिहड़ा किसानां नाल खेड़िया।